ਬਥੇਰੀਆਂ ਇਹਨਾਂ ਨੇ ਕੰਧਾਂ ਕਢਾ ਲਈਆਂ। ਜੇ ਹਲੇ ਵੀ ਸਰਕਾਰਾਂ ਨਾ ਹਟੀਆਂ ਤੇ ਕਪੂਰਥਲੇ ਦੇ ਵਿੱਚ ਅਸੀਂ ਇੰਚ ਇੰਚ ਦੇ ਜਾਮ ਕਰ ਦਿਆਂਗੇ ਸਾਰਾ। ਜਿੰਨੀ ਦੇਰ ਤੱਕ ਇੱਟਾਂ ਬੋਰੀਆਂ ਜਿਹੜੀਆਂ ਲਾਈਆਂ ਇਹ ਚੱਕੀਆਂ ਨਹੀਂ ਜਾਣਗੀਆਂ, ਤੁਸੀਂ ਦੇਖ ਹੀ ਸਕਦੇ ਹੋ। ਇਹ ਕੋਈ ਆ ਕੇ ਚਾਹੇ ਡੇਰੇ ਵਾਲੇ ਹੋਣ ਪੈਰੋਕਾਰ, ਚਾਹੇ ਕੋਈ ਕਿਸਾਨ ਹੋਵੇ, ਚਾਹੇ ਕੋਈ ਸਰਕਾਰ ਹੋਵੇ, ਇਹਨਾਂ ਦਰਿਆਵਾਂ ਨੂੰ ਪੂਰ ਨਹੀਂ ਸਕਦੀ ਕਿ ਸਰਕਾਰਾਂ ਇਸ ਗੱਲ ਨੂੰ ਵੇਖ ਲੈਣ। ਨਹੀਂ ਅਸੀਂ ਜਿੰਨਾ ਕਪੂਰਥਲੇ ਦੇ ਜੀ ਟੀ ਰੋਡ ਨੇ ਸਾਰੇ ਭਾਰਤੀ ਕਿਸਾਨ ਨੂੰ ਖੋਸਾ ਵੱਲੋਂ ਅਣਮਿੱਥੇ ਲਈ ਜਾਮ ਕਰ ਦਿਆਂਗੇ। ਡੇਰਾ ਬਿਆਸ ਅਤੇ ਕਪੂਰਥਲਾ ਦੇ ਕਈ ਪਿੰਡਾਂ ਵਿਚਾਲੇ ਵਿਵਾਦ ਖੜਾ ਹੋ ਗਿਆ, ਜਿਸ ਤੋਂ ਬਾਅਦ ਹੁਣ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ ਕਰਨ ਦੀ ਚੇਤਾਵਨੀ ਦਿੱਤੀ ਹੈ। ਕਿਸਾਨਾਂ ਨੇ ਬਿਆਸ ਦਰਿਆ ਦੇ ਕੰਢੇ ਖੜ ਕੇ ਬਿਆਸ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਮੁਰਦਾਬਾਦ ਦੇ ਨਾਅਰੇ ਵੀ ਲਾਏ ਨੇ ਅਤੇ ਡੇਰਾ ਮੁਖੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਤੇ ਮਾਮਲਾ ਡੇਰੇ ਵੱਲੋਂ ਬਿਆਸ ਦਰਿਆ ਤੇ ਬਣਾਏ ਜਾ ਰਹੇ ਬੰਨ ਦਾ ਏ। ਪਿੰਡ ਵਾਸੀਆਂ ਮੁਤਾਬਕ ਡੇਰੇ ਵੱਲੋਂ ਡੇਰੇ ਵਾਲੇ ਪਾਸੇ ਦਰਿਆ ਤੇ ਪੱਕੀ ਕੰਧ ਰੂਪੀ ਬੰਨ ਬਣਾਇਆ ਜਾ ਰਿਹਾ ਹੈ, ਜਿਸ ਦੀ ਮਜ਼ਬੂਤੀ ਲਈ ਬਕਾਇਦਾ ਰੁੱਖ ਵੀ ਲਾ ਦਿੱਤੇ ਗਏ ਨੇ। ਪਰ ਇਸ ਕੰਧ ਕਾਰਨ ਦਰਿਆ ਦੇ ਦੂਜੇ ਪਾਸੇ ਵਸੇ ਪਿੰਡ ਬੁਤਾਲਾ, ਚਕੌਕੀ, ਢਿੱਲਵਾਂ ਅਤੇ ਹੋਰ ਦਰਜਨਾਂ ਪਿੰਡਾਂ ਤੇ ਹੜ੍ਹਾਂ ਦਾ ਖਤਰਾ ਮੰਡਰਾਉਣ ਲੱਗਿਆ। ਮੇਰਾ ਨਾਮ ਅਮਨਦੀਪ ਸਿੰਘ, ਪਿੰਡ ਬੁਤਾਲਾ, ਜ਼ਿਲ੍ਹਾ ਕਪੂਰਥਲਾ। ਇਹ ਜਿਹੜਾ ਮਸਲਾਬਾਜੀ ਦਰਿਆ ਬਿਆਸ ਦਾ, ਜੋ ਕਿ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਦਰਿਆ ਨੂੰ ਗੈਰ ਕੁਦਰਤੀ ਬੰਨ ਲਗਾ ਕੇ ਦਰਿਆ ਦਾ ਜਿਹੜਾ ਵਹਾਅ ਆ ਉਹ ਬਦਲ ਕੇ ਬੁਤਾਲਾ, ਢਿੱਲਵਾਂ, ਚੱਕੋਕੀ ਪਿੰਡਾਂ ਦੇ ਨਾਲ ਤੁਸੀਂ ਬੰਨ ਦੇ ਲਾਗੇ ਕਰਨ ਦੀ ਜਿਹੜੀ ਕੋਝੀ ਸਾਜਿਸ਼ ਆ ਉਹਦੇ ਤਹਿਤ ਇਹ ਬੰਨ ਲਗਾਏ ਜਾ ਰਹੇ ਆ। ਅਸੀਂ ਇਹ ਜਿਹੜਾ ਮਸਲਾ ਵਾ ਅੱਜ ਤੋਂ 2 ਮਹੀਨੇ ਤੋਂ ਪਹਿਲਾਂ ਜਦੋਂ ਤੋਂ ਇਹਨਾਂ ਨੇ ਇਹ ਬੰਨ ਬਣਾਉਣੇ ਚਾਲੂ ਕੀਤੇ ਆ, ਅਸੀਂ ਸਰਕਾਰੇ ਦੁਆਰੇ ਪ੍ਰਸ਼ਾਸਨ ਦੇ ਤਰਲੇ ਕੱਢ ਕੱਢ ਕੇ ਹਾਰ ਕੇ ਅੱਜ ਜਿਹੜਾ ਵਾ ਉਹ ਅਸੀਂ ਬੇਨਤੀ ਖੋਸਾ ਸਾਹਿਬ ਨੂੰ ਕੀਤੀ ਆ। ਜਿਹੜਾ ਅਸੀਂ ਇਸ ਕਦਮ ਚੁੱਕੇ ਆ ਉਹਦੇ ਮੁਤਾਬਕ 2 ਵਾਰ SDM ਕਪੂਰਥਲਾ ਔਰ SDM ਭੁਲੱਥ ਇੱਥੇ ਜਿਹੜੇ ਆ ਉਹ ਵਿਜ਼ਿਟ ਕਰ ਚੁੱਕੇ ਆ। ਔਰ ਜਿਹੜੀ ਉਹਨਾਂ ਦੀ ਪਹਿਲੀ ਜਿਹੜੀ ਗੱਲ ਸੀਗੀ ਕਿ ਉਹ ਜਿਹੜਾ ਪਰਲੀ ਸਾਈਡ ਆ ਉਹ ਅੰਮ੍ਰਿਤਸਰ ਡਿਸਟ੍ਰਿਕਟ ਨਾਲ ਸੰਬੰਧ ਰੱਖਦੀ ਆ, ਜਦੋਂ ਕਿ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਪ੍ਰੈਸ ਰਾਹੀਂ ਕਿ ਜਿੱਥੇ ਇਹ ਬੰਨ ਬਣਿਆ ਔਰ ਇਸ ਤੋਂ 4 ਕਿਲੋਮੀਟਰ ਦੂਰ ਤੱਕ ਸਾਡੇ ਜ਼ਿਲ੍ਹਾ ਕਪੂਰਥਲਾ ਦਾ ਏਰੀਆ ਵਾ, ਸਾਡੇ ਪਿੰਡ ਬੁਤਾਲਾ ਦੀ ਢਿੱਲਵਾਂ ਦੀਆਂ ਜਿਹੜੀਆਂ ਜ਼ਮੀਨਾਂ ਵਾ ਇਸ ਦਰਿਆ ਤੋਂ 4 ਕਿਲੋਮੀਟਰ ਜਿੱਥੇ ਡੇਰਾ ਮੌਜੂਦ ਆ, ਜਿੱਥੇ ਡੇਰੇ ਦਾ ਏਅਰਪੋਰਟ ਆ ਉਹ ਕਪੂਰਥਲਾ ਜ਼ਿਲ੍ਹਾ ਦੀ ਜਿਹੜੀ ਆ ਉਹ ਜ਼ਮੀਨ ਆ। ਇਹ ਗੱਲ ਜਿਹੜੀ SDM ਸਾਹਿਬ ਔਰ ਮੌਕੇ ਦਾ ਜਿਹੜਾ ਕਪੂਰਥਲਾ ਪ੍ਰਸ਼ਾਸਨ ਆ ਉਹ ਵੀ ਸਾਡੀ ਸੁਣੇ ਕਿ ਇਹ ਸਾਡਾ ਏਰੀਆ ਵਾ, ਸਾਡੇ ਜ਼ਿਲ੍ਹੇ ਦਾ, ਇੱਥੇ ਜੇ ਕੁਝ ਹੋ ਰਿਹਾ ਨਜਾਇਜ਼ ਉਹ ਤੁਹਾਡੀ ਜ਼ਿੰਮੇਵਾਰੀ ਆ। ਉਹਨਾਂ ਨੇ ਪਰ ਫਿਰ ਵੀ ਅੰਮ੍ਰਿਤਸਰ DC ਨੂੰ ਔਰ ਉੱਥੇ ਦੇ ਪ੍ਰਸ਼ਾਸਨ ਨੂੰ ਸਾਨੂੰ ਦੱਸਣ ਮੁਤਾਬਕ ਉਹਨਾਂ ਨੇ ਉਹਨਾਂ ਨੂੰ ਨੋਟਿਸ ਦਿੱਤਾ ਹੋਇਆ ਵਾ, ਦੋਨੇ ਬੰਨਿਓ ਕੋਈ ਕਾਰਵਾਈ ਨਹੀਂ ਹੋਈ। ਜੇ SDM ਸਾਹਿਬ ਇੱਥੇ ਆਏ ਆ ਇੱਥੇ ਮੌਕੇ 'ਤੇ ਤਾਂ ਉਹ ਕਹਿੰਦੇ ਆ ਕਿ ਇਹ ਕੰਮ ਬਿਲਕੁਲ ਗਲਤ ਆ, ਜਦੋਂ ਉਹ ਕਾਗਜ਼ਾਂ 'ਚ ਉਹਨੂੰ ਫਿਲ ਕਰਦੇ ਆ ਉਦੋਂ ਉਹ ਸਾਰਾ ਡੇਰੇ ਦਾ ਪੱਖ ਲੈਂਦੇ ਆ। ਮਤਲਬ ਹਜੇ ਤੱਕ ਕਿਸੇ ਵੀ ਪ੍ਰਸ਼ਾਸਨ ਨੇ, ਚਾਹੇ ਉਹ SDM ਕਪੂਰਥਲਾ ਆਏ, ਚਾਹੇ ਉਹ SDM ਭੁਲੱਥ ਆਏ, ਸਾਡੀਆਂ ਮੌਕੇ 'ਤੇ ਸਾਡੀਆਂ ਭਾਵਨਾਵਾਂ ਨੂੰ ਉਹਨਾਂ ਸਮਝਿਆ, ਪਰ ਜਿਹੜੀ ਉਹਨਾਂ ਨੇ ਕਾਗਜ਼ੀ ਕਾਰਵਾਈ ਕੀਤੀ ਆ ਉਹ ਸਾਰੀ ਡੇਰੇ ਦੇ ਪੱਖ 'ਚ ਕੀਤੀ ਆ। ਇਸ ਕਰਕੇ ਅੱਜ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਰਾਜਨੀਤਿਕ ਲੀਡਰ ਨੇ ਸਾਡੀ ਬਾਂਹ ਨਹੀਂ ਫੜੀ। ਅੱਜ ਹਾਰ ਕੇ ਜਦੋਂ ਐਂਡ ਦੇਖਿਆ ਕਿ ਕੁਝ ਦਿਨਾਂ ਵਿੱਚ ਸਾਡਾ ਜਿਹੜਾ ਪਿੰਡ ਆ ਸਾਡਾ ਮੰਡ ਨਿਕਲ ਲਿਆ ਜਾਊਗਾ, ਅੱਜ ਲੋਕ ਤੁਰੇ ਆ ਅਤੇ ਅਸੀਂ ਧੰਨਵਾਦ ਕਰਦੇ ਹਾਂ ਖੋਸਾ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਬਾਂਹ ਫੜੀ ਆ। ਹੁਣ ਅੱਗੇ ਤੋਂ ਜੋ ਵੀ ਯੂਨੀਅਨ ਫੈਸਲਾ ਲਊਗੀ ਕਿਸੇ ਵੀ ਤਰ੍ਹਾਂ ਦੀ ਲੜਾਈ ਲੜਨੀ ਪਊ, ਸੁਪਰੀਮ ਕੋਰਟ, ਹਾਈ ਕੋਰਟ ਜਾਂ ਮੁਜ਼ਾਹਰੇ ਕਰਨੇ ਪੈਣਗੇ, ਅਸੀਂ ਬਿਲਕੁਲ ਤਿਆਰ ਹਾਂ। ਹੁਣ ਇਹਨਾਂ ਦੋ ਹੱਥ ਕੀਤੇ ਜਾਣਗੇ।
ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੀ? ਅਗਲੀ ਰਣਨੀਤੀ ਜਿਹੜੀ ਅੱਜ ਤੋਂ ਇੱਕ ਮੈਸੇਜ ਆਊਗਾ ਉਹਨਾਂ ਵਿੱਚ, ਜੇ ਉਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਆ ਤੇ ਉਹ ਅਸੀਂ, ਕਿਉਂਕਿ ਮਸਲੇ ਬੈਠਣ ਨਾਲ ਵਿਚਾਰਨ ਨਾਲ ਹੀ ਹੱਲ ਹੁੰਦੇ ਆ, ਅਸੀਂ ਹਰ ਬੰਨੇ ਤਿਆਰ ਹਾਂ। ਜੇਕਰ ਕੋਈ ਗੱਲ ਹੋਊਗੀ, ਟੇਬਲ ਟਾਕ ਹੋਊਗੀ, ਉਸ ਵਾਸਤੇ ਵੀ ਸਾਡੀ ਯੂਨੀਅਨ ਤਿਆਰ ਆ, ਕਿਸਾਨ ਤਿਆਰ ਆ, ਲੇਕਿਨ ਉਸ ਤੋਂ ਬਾਅਦ ਵੀ ਜੇਕਰ ਨਹੀਂ ਸੁਣਦਾ ਤਾਂ ਜਿਹੜੀ ਵੀ ਲੜਾਈ ਲੜਨੀ ਪਊਗੀ ਉਹ ਅਸੀਂ ਆਪਣਾ ਅਗਲਾ ਪ੍ਰੋਗਰਾਮ ਲੀਕ ਕੇ ਉਹਦੇ ਮੁਤਾਬਕ ਲੜਾਂਗੇ। ਉਧਰ ਮਸਲੇ ਦਾ ਹੱਲ ਨਾ ਹੁੰਦਾ ਦੇਖ ਕੇ ਪਿੰਡ ਵਾਸੀਆਂ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਡੇਰਾ ਬਿਆਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ, ਜਿੱਥੇ ਕਿਸਾਨ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਡੇਰੇ ਵੱਲੋਂ ਦਰਿਆ 'ਚ ਬੰਨ ਬਣਾ ਕੇ ਕੁਦਰਤੀ ਵਹਾਅ ਨੂੰ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਦਰਿਆ ਦੇ ਵਹਿਣ ਨਾਲ ਪੁਲਾਥ ਦੇ ਮੰਡ ਖੇਤਰ ਨੂੰ ਵੱਡੀ ਢਾਹ ਲੱਗੇਗੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਦਰਿਆ 'ਚ ਇਸ ਉਸਾਰੀ ਨੂੰ ਨਾ ਰੋਕਿਆ ਗਿਆ ਤਾਂ ਉਹ ਆਉਂਦੇ ਦਿਨਾਂ ਵਿੱਚ ਸੜਕਾਂ ਜਾਮ ਕਰਨਗੇ। ਦਾਸ ਗਜਿੰਦਰ ਸਿੰਘ ਖੋਸਾ, ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਖੋਸਾ। ਪਹਿਲਾਂ ਤਾਂ ਮੈਂ ਪ੍ਰੈਸ ਵਾਲਿਆਂ ਦਾ, ਅਸੀਂ ਸਾਰੀ ਜਿਹੜੀ ਸਾਡੀ ਪੰਜਾਬ ਦੀ ਟੀਮ ਆ, ਸਾਡੇ ਇਸ ਕਪੂਰਥਲੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕਰਮ ਸਿੰਘ ਜੀ, ਸਾਡੇ ਸੂਬਾ ਮੀਤ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਜੀ, ਸ਼ੇਰਗਿੱਲ ਵਿਜੇ ਜੀ, ਸਰਦਾਰ ਤ੍ਰਿਲੋਕ ਸਿੰਘ ਜੀ ਅਤੇ ਸਰਦਾਰ ਆਪਣੇ ਇੱਥੇ ਬਹੁਤ ਸਾਰੇ ਆਗੂ ਆਏ ਨੇ, ਅਤੇ ਉਹ ਸਾਰਿਆਂ ਨੂੰ ਸਾਡੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਸੰਗਤਾਂ ਅੱਜ ਇੱਥੇ ਅਸੀਂ ਇਕੱਠੇ ਹੋ ਕੇ ਦਰਿਆ 'ਤੇ ਆਏ ਹਾਂ, ਜਿਸ ਦਰਿਆ ਨੂੰ 76 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਹਾਲੇ ਤਾਂ ਕੋਈ ਨੀਤੀ ਨਹੀਂ ਸਰਕਾਰ ਦੀ ਵੀ ਇਹਨਾਂ ਦਰਿਆਵਾਂ ਦੇ ਵਿਚਾਲੇ ਕੰਧਾਂ ਕੀਤੀਆਂ ਜਾਣ। ਇਹ ਕੋਈ ਆ ਕੇ ਚਾਹੇ ਡੇਰੇ ਵਾਲੇ ਹੋਣ ਪੈਰੋਕਾਰ, ਚਾਹੇ ਕੋਈ ਕਿਸਾਨ ਹੋਵੇ, ਚਾਹੇ ਕੋਈ ਸਰਕਾਰ ਹੋਵੇ, ਇਹਨਾਂ ਦਰਿਆਵਾਂ ਨੂੰ ਪੂਰ ਨਹੀਂ ਸਕਦੀ। ਮੈਂ ਸਮਝਦਾ ਸਰਕਾਰ ਦੇ ਅੱਖੀਂ ਘੱਟਾ ਪੈ ਰਿਹਾ ਦਿਨੇ ਹੀ, ਔਰ ਮੈਂ ਸਰਕਾਰ ਨੂੰ ਵੀ ਦੱਸ ਰਿਹਾ ਇਸ ਮਾਧ ਮਰਾਈ ਕਿ ਸਰਕਾਰਾਂ ਇਸ ਗੱਲ ਨੂੰ ਵੇਖ ਲੈਣ, ਨਹੀਂ ਅਸੀਂ ਜਿੰਨਾ ਕਪੂਰਥਲੇ ਦੇ GT ਰੋਡ ਨੇ ਸਾਰੇ ਭਾਰਤੀ ਕਿਸਾਨ ਨੂੰ ਖੋਸਾ ਵੱਲੋਂ ਅਣਮਿੱਥੇ ਲਈ ਜਾਮ ਕਰ ਦਿਆਂਗੇ। ਜੇ ਉਹਨਾਂ ਨੇ ਇੱਕ ਵੀ ਬੋਰੀ ਅੱਜ ਤੋਂ ਬਾਅਦ ਲਾਉਣੀ ਸ਼ੁਰੂ ਕੀਤੀ, ਸਾਡੀ ਜਥੇਬੰਦੀ ਨੂੰ ਨਾ ਕੋਈ ਖਰੀਦ ਸਕਦਾ ਅਤੇ ਨਾ ਕੋਈ ਖਰੀਦ ਹੀ ਸਕੂਗਾ। ਮੈਂ ਇਸ ਮੰਚ ਤੋਂ ਕਿਸਾਨਾਂ ਦੇ ਮਾਧਮ ਰਾਹੀਂ ਮੈਂ ਇੱਥੇ ਦੱਸਣਾ ਚਾਹੁੰਦਾ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਬਈ ਜਿਹੜੇ ਗੁਰਦੁਆਰੇ ਦੇ ਇਹ ਬਿਆਸਾ ਦੇ ਪੈਰੋਕਾਰ ਨੇ, ਚਾਹੇ ਤਾਂ ਉਹ ਆਪਦੀ ਆਪ ਹੀ ਪਿੱਛੇ ਹਟ ਜਾਣ। ਮੈਂ ਸਰਕਾਰ ਨੂੰ ਵੀ ਦੱਸਣਾ ਚਾਹੁੰਦਾ, ਬਥੇਰੀਆਂ ਇਹਨਾਂ ਨੇ ਕੰਧਾਂ ਕਢਾ ਲਈਆਂ, ਜੇ ਹਲੇ ਵੀ ਸਰਕਾਰਾਂ ਨਾ ਹਟੀਆਂ ਤਾਂ ਕਪੂਰਥਲੇ ਦੇ ਵਿੱਚ ਅਸੀਂ ਇੰਚ ਇੰਚ ਦੇ ਜਾਮ ਕਰ ਦਿਆਂਗੇ ਸਾਰਾ। ਜਿੰਨੀ ਦੇਰ ਤੱਕ ਇੱਟਾਂ ਬੋਰੀਆਂ ਜਿਹੜੀਆਂ ਲਾਈਆਂ ਇਹ ਚੱਕੀਆਂ ਨਹੀਂ ਜਾਣੀਆਂ, ਤੁਸੀਂ ਦੇਖ ਹੀ ਸਕਦੇ ਹੋ, ਆ ਮੀਡੀਆ ਵਾਲੇ ਦਿਖਾ ਰਹੇ ਨੇ ਤੁਹਾਨੂੰ ਕਿ ਦਰਿਆ ਨੂੰ ਪੂਰ ਕੇ ਉਹ ਦਰਿਆ ਕਿਸਾਨਾਂ ਦੀਆਂ ਖੇਤਾਂ ਵੱਲ ਨੂੰ ਵੱਧ ਰਿਹਾ ਤਾਂ ਜੋ ਕਿ ਲੋਕਾਂ ਦਾ ਨੁਕਸਾਨ ਹੋਵੇ, ਕਿਉਂਕਿ ਇਹ ਜਿਹੜਾ ਦਰਿਆ ਅੱਜ ਦਾ ਨਹੀਂ ਵਗ ਰਿਹਾ, ਇੱਥੇ ਹਨੇਕਾ ਹੀ ਸਾਲ ਹੋ ਗਏ ਨੇ ਇਸ ਦਰਿਆ ਵਗਦੇ ਨੂੰ, ਕਿਉਂਕਿ ਪੰਜਾਬ ਦੀ ਧਰਤੀ ਪੰਜਾਂ ਦਰਿਆਵਾਂ ਕਰਕੇ ਜਾਣੀ ਜਾਂਦੀ ਆ, ਤਾਂ ਹੀ ਇਹਦਾ ਪੰਜਾਬ ਨਾਂ ਪਿਆ। ਜੇ ਅਸੀਂ ਐਂ ਦਰਿਆ ਖਤਮ ਕਰਨ ਲੱਗ ਗਏ ਤਾਂ ਮੈਂ ਸਮਝਦਾ ਵੀ ਅਸੀਂ ਇਹ ਪਾਣੀ ਨੂੰ ਕਿੱਧਰ ਘੱਲਾਂਗੇ। ਇਹ ਇੱਕ ਕੁਦਰਤੀ ਜਿਹੜਾ ਵਹਿਣ ਆ, ਇਸ ਨੂੰ ਜਿਹੜਾ ਇਹ ਰੋਕ ਰਹੇ ਨੇ, ਇਹਦੇ ਵਿੱਚ ਦੁਬਾਰਾ ਬਣਾ ਰਹੇ ਨੇ, ਕੰਧਾਂ ਬਣਾ ਰਹੇ ਨੇ, ਬੋਰੀਆਂ ਭਰ ਭਰ ਕੇ ਸੰਗਤ ਦਾ ਲੈ ਕੇ ਸਹਾਰਾ, ਅਤੇ ਇਸ ਨੂੰ ਮਤਲਬ ਜਿਹੜਾ ਰੋਖੇ ਦਾ ਦੂਜੇ ਪਾਸੇ ਕਰ ਰਹੇ ਨੇ ਤਾਂ ਜੋ ਕਿ ਲੋਕਾਂ ਨੂੰ ਜਿਹੜਾ ਇਹ ਰੁਣ ਦਾ ਖਤਰਾ ਹੋਇਆ ਪਿਆ। ਮੈਂ ਇਸ ਮੰਚ ਰਾਹੀਂ ਸਰਕਾਰ ਨੂੰ ਵੀ ਚੇਤਾਵਨੀ ਦਿੰਦਾ, ਭਾਂਦੀ ਕੋਈ ਸਰਕਾਰ ਆ ਜੇ ਸਾਡੇ ਵੱਲੋਂ, ਚਾਹੇ ਕੋਈ MP ਆ ਜੇ ਨਵਾਂ ਸਾਡੇ ਵੱਲੋਂ, ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਅਤੇ ਨਾ ਅਸੀਂ ਉਹਨਾਂ ਪੈਰੋਕਾਰਾਂ ਨੂੰ ਬਖਸ਼ਣਾ ਜਿਨ੍ਹਾਂ ਨੇ ਦਰਿਆ ਦੇ ਵਿੱਚ ਠੱਲਾਂ ਪਾਈਆਂ।
ਇਹਨਾਂ ਹੀ ਬੇਨਤੀਆਂ ਦਾਸ ਕਰਨ ਆਇਆ ਸੀ। ਅੱਜ ਤੋਂ ਬਾਅਦ ਜੇਕਰ ਇਹਨਾਂ ਦੇ ਵਿੱਚ ਕੰਧਾ ਕੱਢਣ ਨਾ ਹਟੇ ਤਾਂ ਅਸੀਂ ਹਾਈ ਕੋਰਟ ਵੀ ਜਾਵਾਂਗੇ, ਸੁਪਰੀਮ ਕੋਰਟ ਵੀ ਜਾਵਾਂਗੇ, ਉਹ ਰਸਤੇ ਦਿਖਾਵਾਂਗੇ ਇਹਨਾਂ ਨੂੰ ਜਿਹੜੇ ਕਿਸੇ ਨੇ ਕਦੇ ਦਿਖਾਈ ਨਾ ਹੋਣ। ਸਾਡੇ ਹੁਣ ਸਰਦਾਰ ਕਰਮ ਸਿੰਘ ਜੀ ਢਿੱਲਵਾਂ ਪ੍ਰਧਾਨ ਨੇ 2 ਮਿੰਟ ਇਹ ਵੀ ਬੋਲਣਗੇ, ਸਰਦਾਰ ਸੁਰਿੰਦਰ ਸਿੰਘ ਜੀ ਸ਼ੇਰਗਲ ਇਹ ਵੀ 2-2 ਮਿੰਟ ਦੱਸਣਗੇ, ਕਿਉਂਕਿ ਦਾਸ ਤਾਂ ਮੋਗੇ ਜ਼ਿਲ੍ਹੇ ਤੋਂ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਲਾਂਕਿ ਕਿਸਾਨਾਂ ਦੇ ਇਲਜ਼ਾਮ ਹੈ ਕਿ ਮਾਮਲੇ 'ਤੇ ਅੰਮ੍ਰਿਤਸਰ ਜਾਂ ਫਿਰ ਕਪੂਰਥਲਾ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦਕਿ ਜਦੋਂ ਸੈਂਟਰਲ ਪੰਜਾਬ ਟੀਵੀ ਦੀ ਟੀਮ ਨੇ ਡਰੇਨ ਵਿਭਾਗ ਦੇ SPO ਖੁਸ਼ਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਮਸਲਾ DC ਕਪੂਰਥਲਾ ਅਤੇ SDM ਕਪੂਰਥਲਾ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਿਆ ਹੈ। ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ, ਸੈਂਟਰਲ ਪੰਜਾਬ TV।